ਲੁਧਿਆਣਾ ਤੋਂ ਪੰਜਾਬ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਲੁਧਿਆਣਾ ਪਹੁੰਚ ਚੁੱਕੇ ਹੋਏ ਨੇ ਤਾਂ ਲੁਧਿਆਣਾ ਲੋਕ ਸਭਾ ਤੋਂ ਟਿਕਟ ਮਿਲਣ 'ਤੇ ਪਹਿਲੀ ਵਾਰ ਲੁਧਿਆਣਾ ਦੇ ਵਿੱਚ ਐਂਟਰੀ ਕੀਤੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਉਹਨਾਂ ਦਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੋਂ ਦਿਖਾ ਦਿੰਦੇ ਹਾਂ ਯੂਥ ਆਗੂ ਜਗਜੋਤ ਦੇ ਵੱਲੋਂ ਉਹਨਾਂ ਦਾ ਜਿਹੜਾ ਕਿ ਵੈਲਕਮ ਉਹ ਕੀਤਾ ਜਾ ਰਿਹਾ ਤਾਂ ਰਾਜਾ ਵੜਿੰਗ ਗੱਡੀ ਤੋਂ ਥੱਲੇ ਉੱਤਰ ਕੇ ਉਹਨਾਂ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਧਰਮ ਪਤਨੀ ਅੰਮ੍ਰਿਤਾ ਵੜਿੰਗ ਉਹ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਅਤੇ ਹੋਰ ਤਮਾਮ ਕਾਂਗਰਸੀ ਲੀਡਰ ਨੇ ਜਿਹੜੇ ਕਿ ਉਹ ਇੱਥੇ ਮੌਜੂਦ ਨੇ ਤਾਂ ਵੈਲਕਮ ਹੈ ਜਿਹੜਾ ਕੀਤਾ ਜਾ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਤਾਂ ਰੋਡ ਸ਼ੋ ਕਰਕੇ ਸ਼ਕਤੀ ਪ੍ਰਦਰਸ਼ਨ ਉਹ ਵੀ ਕੀਤਾ ਜਾਣਾ ਹੈ ਤਾਂ ਰਾਜਾ ਵੜਿੰਗ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਵਨੀਤ ਪਿੱਟੂ ਦੇ ਵੀ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਤਸ਼ਾਹ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਵਰਕਰਾਂ ਦੇ ਵਿੱਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਗਜੋਤ ਦੇ ਵੱਲੋਂ ਸਟੇਜ ਲਾ ਕੇ ਉਹਨਾਂ ਦਾ ਵੈਲਕਮ ਹੈ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਹੱਥ ਜੋੜ ਕੇ ਆਪਣੇ ਸਾਥੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸਟੇਜ ਦੇ ਉੱਪਰ ਬੁਲਾਇਆ ਜਾ ਰਿਹਾ ਰਾਜਾ ਵੜਿੰਗ ਨੂੰ ਤਾਂ ਅੱਜ ਰਾਜਾ ਵੜਿੰਗ ਵੀ ਵਰਕਰਾਂ ਨੂੰ ਨਾ ਕਰਦੇ ਹੋਏ ਨਹੀਂ ਨਜ਼ਰ ਆ ਰਹੇ ਤਾਂ ਦੇਖ ਸਕਦੇ ਹੋ ਤੁਸੀਂ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਹੋਏ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਰਾਜਾ ਵੜਿੰਗ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਗਜੋਤ ਤਾਂ ਸਟੇਜ 'ਤੇ ਬੁਲਾ ਲਿਆ ਗਿਆ ਤਾਂ ਉਤਸ਼ਾਹ ਕਿੰਨਾ ਕਿਆ ਫਿਰ ਨੌਜਵਾਨਾਂ ਦੇ ਵਿੱਚ ਸਰ ਜੀ ਸਾਡੇ ਰੋਲ ਮਾਡਲ ਦੇ ਰਾਜਾ ਵੜਿੰਗ ਜੀ ਇਹਨਾਂ ਨੇ ਯੈਸ ਕਰਾ ਦੇਣੀ ਇਸ ਵਾਰੀ ਦੇਖੀ ਚੱਲੋ ਤੁਸੀਂ ਮੁਕਾਬਲਾ ਕਿਵੇਂ ਦਾ ਸਮਝਦੇ ਹੋ ਪੁਰਾਣੇ ਸਾਥੀ ਰਵਨੀਤ ਪਿੱਟੂ ਨਾਲ ਮੁਕਾਬਲਾ ਪੁਰਾਣੇ ਸਾਥੀ ਦੇਖੋ ਜੀ ਰਵਨੀਤ ਪਿੱਟੂ ਜੀ ਨੇ ਆਪਣੀ ਪਾਰਟੀ ਛੱਡ ਕੇ ਠੀਕ ਆ ਰਾਜਾ ਵੜਿੰਗ ਜੀ ਨੇ ਜਿੱਤਣਾ ਹੀ ਜਿੱਤਣਾ ਇਹ ਸਾਰੇ ਨੌਜਵਾਨਾਂ ਦੇ ਰੋਲ ਮਾਡਲ ਨੇ ਇਸ ਵਾਰ ਦੇਖੀ ਚੱਲਿਓ ਬਿਲਕੁਲ ਕਿਹਾ ਜਾ ਰਿਹਾ ਕਿ ਮੁਕਾਬਲਾ ਜਿਹੜਾ ਕਿ ਦਿਲਚਸਪ ਰਹਿਣ ਵਾਲਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਰਕਰਾਂ ਦੇ ਵਿੱਚ ਉਤਸ਼ਾਹ ਜਿਹੜਾ ਕਿ ਉਹ ਦੇਖਣ ਨੂੰ ਮਿਲ ਰਿਹਾ ਤਾਂ ਫੁੱਲਾਂ ਦੀ ਵਰਖਾ ਦੇ ਨਾਲ ਰਾਜਾ ਵੜਿੰਗ ਦਾ ਸਵਾਗਤ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਗੱਡੀਆਂ ਦਾ ਵੱਡਾ ਕਾਫਲਾ ਰਾਜਾ ਵੜਿੰਗ ਦੇ ਨਾਲ ਨਜ਼ਰ ਆ ਰਿਹਾ ਹੈ ਹੈਲੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਤਾਂ ਵਰਕਰਾਂ ਦੇ ਵਿੱਚ ਜੋਸ਼ ਭਰਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਆਪਣੇ ਸਾਥੀਆਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ
ਰੋਡ ਸ਼ੋ ਦੇ ਨਾਲ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਤਾਂ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜਗਜੋਤ ਕਿੰਨਾ ਕੁ ਜੋਸ਼ ਨਜ਼ਰ ਆ ਰਿਹਾ, ਵੈਲਕਮ ਕੀਤਾ ਜਾ ਰਿਹਾ ਬੱਲੇ ਬੱਲੇ ਕਰਾਤੀ ਬੱਲੇ 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 ਕਰਾਤੀ ਜੱਟ ਨੇ ਆ ਕੇ ਅੱਜ ਜਿਹੜੇ ਵਰਕਰ ਰਾਜਾ ਦਿਲ ਦਾ ਰਾਜਾ ਬਿੱਟੂ ਬੁੱਟੂ ਪੱਪੀ ਪੁੱਪੀ ਕੋਈ ਨੀ ਲੱਭਣਾ ਇੱਥੇ ਹੁਣ। ਪਹਿਲਾਂ ਕਾਂਗਰਸੀ ਵਰਕਰ ਬਹੁਤ ਨਾਰਾਜ਼ ਸੀ ਕਿ ਬਿੱਟੂ ਫੋਨ ਨਹੀਂ ਚੱਕਦਾ। ਤੁਸੀਂ ਦੇਖੋ ਕਿੰਨਾ ਹਜੂਮ ਆ, ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ, ਹਜ਼ਾਰਾਂ ਦੀ ਗਿਣਤੀ 'ਚ ਸਿਆਣੇ ਬੰਦੇ, ਹਜ਼ਾਰਾਂ ਦੀ ਗਿਣਤੀ 'ਚ ਹਰ ਇੱਕ ਵਰਗ ਆ ਕੇ ਖੜਾ ਅੱਜ ਰਾਜਾ ਜੀ ਦਾ ਦਿਲੋਂ ਸਤਿਕਾਰ ਕਰਦੇ ਸਾਰੇ, ਤੇ ਦਿਲੋਂ ਇੱਜ਼ਤ ਮਾਣ ਕਰਦੇ, ਤੇ ਅੱਜ ਦਿਲੋਂ ਆਏ ਸਾਰੇ। ਤਾਂ ਬਾਈ ਜੀ ਕੀ ਕਹਿਣਾ ਚਾਹੋਗੇ? ਸਾਡਾ ਪੰਜਾਬ ਪ੍ਰਧਾਨ ਅੱਜ ਦਾ ਅੱਗੇ ਭੇਜਾਂਗੇ ਰਾਜਾ ਆਪਣੇ ਮੁਕਾਬਲਾ ਕਿਸ ਤਰ੍ਹਾਂ ਦਾ ਰਹੇਗਾ ਪੁਰਾਣੇ ਸਾਥੀ ਦੇ ਸਾਹਮਣੇ ਚੋਣ ਮੈਦਾਨ ਦੇ ਵਿੱਚ? ਹਾਂਜੀ, ਮੁਕਾਬਲਾ ਕਿਸ ਤਰ੍ਹਾਂ ਰਹੇਗਾ ਪੁਰਾਣੇ ਸਾਥੀ ਦੇ? ਮੁਕਾਬਲਾ ਇੱਕ ਪਾਸਾ ਹੀ ਆ, ਇੱਕ ਪਾਸਾ ਹੀ ਆ ਸਾਡੇ ਪ੍ਰਧਾਨ ਦਾ। ਤਾਂ ਬਿਲਕੁਲ ਆ, ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਇੱਕ ਤਰਫਾ ਜਿਹੜਾ ਕਿ ਮੁਕਾਬਲਾ ਕਿਹਾ ਜਾ ਰਿਹਾ। ਤਾਂ ਵਰਕਰਾਂ ਦੇ ਵਿੱਚ ਜੋਸ਼ ਭਰਦੇ ਹੋਏ ਨਜ਼ਰ ਆ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਵੱਡੀ ਗਿਣਤੀ ਦੇ ਵਿੱਚ ਵੱਲੋਂ ਉਹਨਾਂ ਦਾ ਜਿਹੜਾ ਕਿ ਰਾਜਾ ਵੜਿੰਗ ਦਾ ਸਵਾਗਤ ਆ ਉਹ ਕੀਤਾ ਜਾ ਰਿਹਾ। ਤਾਂ ਕਿਹਾ ਜਾ ਰਿਹਾ ਕਿ ਮੁਕਾਬਲਾ ਜਿਹੜਾ ਕਿ ਇੱਕ ਤਰਫਾ ਰਹਿਣ ਵਾਲਾ ਹੈ। ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਇਕਬਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।